welcom everyone ਸਵਾਗਤ ਹੈ ਤੁਹਾਡਾ ਸਭ ਦਾ ਬੀਅਰਡ ਵਿਦ ਗਗਨਦੀਪ ਕੌਰ ਚੈਨਲ ਤੇ ਤੁਸੀਂ ਦੇਖ ਰਹੇ ਹੋ ਬਹੁਤ ਹੀ ਜ਼ਰੂਰੀ ਸੋਚਨਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਨਾਲ ਰਿਲੇਟਡ ਜੋ ਕਿ ਮਿਤੀ 23 4 2021 ਦੀ ਹੈ ਤਾਂ ਧਿਆਨ ਨਾਲ ਦੇਖੋ ਕਿ ਕਿਹੜਿਆਂ ਕਿਹੜਿਆਂ ਜਿਹੜੀ ਕੋਰਸਸ ਨੇ ਜਿਨ੍ਹਾਂ ਦੇ ਆਨਲਾਈਨ ਐਗਜ਼ਾਮ ਕੰਡਕਟ ਕਰਵਾਏ ਜਾ ਰਹੇ ਨੇ 30 4 2021 ਤੋਂ ਠੀਕ ਹੈ ਤਾਂ ਆਪਾਂ ਰੀਡ ਆਊਟ ਕਰ ਲੈਣੇ ਆਂ ਹੇਟ ਲਿਕੇ ਸੈਸ਼ਨਾਂ ਲਈ ਜਿਨ੍ਹਾਂ ਵਿਦਿਆਰਥੀ ਨੇ ਆਪਣੇ ਪ੍ਰੀਖਿਆ ਫਾਰਮ ਤੇ ਪ੍ਰੀਖਿਆ ਵੀਸ ਭਰੀ ਹੈ ਅਜੇ ਅਤੇ ਪ੍ਰੀਖਿਆਵਾਂ ਅਜੇ ਬਾਕੀ ਹਨ ਦੀਆਂ ਪ੍ਰੀਖਿਆਵਾਂ ਜੋ 30 4 2021 ਨੂੰ ਕਰਵਾਈਆਂ ਜਾ ਰਹੀਆਂ ਹਨ ਬਾਰੇ ਹਦਾਇਤਾਂ ਤਾਂ ਕਿਹੜੇ-ਕਿਹੜੇ ਹੋ ਰਹੀਆਂ ਨੇ ਇਹ ਤੁਸੀਂ ਦੇਖ ਰਹੇ ਹੋ ਸਲਾਨਾ ਪ੍ਰਣਾਲੀ ਸੈਸ਼ਨ April 2020 ਅਤੇ April 2021 ਦੇ ਸਾਰੇ ਕੋਰਸ ਜਿੰਨੇ ਵੀ ਸਲਾਨਾ ਕੋਰਸ ਨੇ ਯਾਨੀ ਕਿ ਸੈਮੈਸਟਰ ਵਾਈਜ਼ ਨਹੀਂ ਹੈਗੇ ਸਲਾਨਾ ਹੈਗੇ ਜਿਹੜੇ ਵੀ ਜਿੰਨਾ ਵੀ ਸਟੂਡੈਂਟਸ ਦੇ ਠੀਕ ਹੈ ਉਹ ਸਾਰੇ ਕਰਵਾਏ ਜਾ ਰਹੇ ਨੇ ਆਨਲਾਈਨ ਮੋਡ ਦੁਆਰਾ ਬੀਏ ਐਡੀਸ਼ਨਲ ਹੈ ਉਹ ਵੀ ਆਨਲਾਈਨ ਹੋ ਰਹੀ ਹੈ ਇੰਪਰੂਵਮੈਂਟ ਵਾਲੇ ਸਾਰੇ ਜਿੰਨੇ ਵੀ ਪੇਪਰ ਉਹ ਵੀ ਆਨਲਾਈਨ ਹੋ ਰਿਹਾ ਸਾਰੇ ਕੋਰਸ ਡੈਫੀਸ਼ੈਂਟ ਪੇਪਰ ਮਈ 2020 ਦਸੰਬਰ 2020 ਠੀਕ ਹੈ ਉਹ ਵੀ ਆਨਲਾਈਨ ਕਰਵਾਏ ਜਾ ਰਹੇ ਨੇ 골ਡਨ ਚਾਂਸ ਵਾਲੇ ਉਹ ਵੀ ਆਨਲਾਈਨ ਕਰਵਾਏ ਜਾ ਰਹੇ ਨੇ ਪ੍ਰਵਾਕਰ ਅਪ੍ਰੈਲ 2021 ਗਿਆਨੀ 2021 ਪੰਜਾਬੀ ਪ੍ਰਵੇਸ਼ਕਾ 2020 ਤੇ 21 ਅਪ੍ਰੈਲ ਠੀਕ ਹੈ ਇਹ ਸਾਰੇ ਆਨਲਾਈਨ ਪੇਪਰ ਕਰਵਾਏ ਜਾ ਰਹੇ ਨੇ ਤੇ ਲਗਭਗ ਜਿੰਨੇ ਵੀ ਐਗਜ਼ਾਮ ਆ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੀ ਹੋ ਰਹੇ ਨੇ ਉਹ ਆਨਲਾਈਨ ਹੋਣ ਜਾ ਰਹੇ ਨੇ ਠੀਕ ਹੈ ਤਾ ਕੋਵਿਡ-19 ਮਹਾਮਾਰੀ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਉਪਰੋਕਤ ਪ੍ਰੀਖਿਆਵਾਂ ਜੋ 30 ਜਨਵਰੀ 2021 ਤੋਂ ਸ਼ੁਰੂ ਹੋ ਰਹੀਆਂ ਹਨ ਬਾਰੇ ਹਦਾਇਤਾਂ ਠੀਕ ਹੈ ਕੀ ਹੋ ਰਿਹਾ ਆਨਲਾਈਨ ਹੋ ਰਹੀਆਂ ਨੇ ਇਹ ਸਾਰੀਆਂ ਪ੍ਰੀਖਿਆਵਾਂ ਦੋ ਸੈਸ਼ਨਾਂ ਵਿੱਚ ਕਰਵਾਈਆਂ ਜਾਣੀਆਂ 9:30 ਵਜੇ ਤੋਂ 12:30 ਵਜੇ ਤੱਕ ਤੇ ਫਿਰ 2:00 ਵਜੇ ਤੋਂ 5:00 ਵਜੇ ਤੱਕ ਸੈਸ਼ਨ ਸੰਬੰਧੀ ਜਾਣਕਾਰੀ ਸੰਬੰਧਿਤ ਡੇਟ ਸ਼ੀਟ ਉੱਪਰ ਦਿੱਤੀ ਹੋਵੇਗੀ ਕਿ ਕੀ ਕੀ ਦਾ ਕਿਸ ਦਾ ਪੇਪਰ ਕਦੋਂ ਹੋਣਾ ਹੈ ਕਿਹੜੇ ਕੋਰਸ ਦਾ ਕਦੋਂ ਕਿੰਨਾ ਸਮਾਂ ਹੋਵੇਗਾ ਉਹ ਤੁਹਾਨੂੰ ਡੇਟ ਸ਼ੀਟ ਉੱਪਰ ਹੀ ਮਿਲੇਗਾ ਵਿਦਿਆਰਥੀਆਂ ਨੂੰ ਉਹਨਾਂ ਦੇ ਰੋਲ ਨੰਬਰ ਡਾਕ ਰਾਹੀਂ ਭੇਜ ਦਿੱਤੇ ਗਏ ਹਨ ਜੇਕਰ ਕਿਸੇ ਵਿਦਿਆਰਥੀ ਨੂੰ ਪ੍ਰੀਖਿਆ ਸ਼ੁਰੂ ਹੋਣ ਤੋਂ 3 ਦਿਨ ਪਹਿਲਾਂ ਰੋਲ ਨੰਬਰ ਪ੍ਰਾਪਤ ਨਹੀਂ ਹੁੰਦੇ ਤਾਂ ਉਹ ਪ੍ਰੀਖਿਆ ਸ਼ਖ ਨਾਲ ਸੰਪਰਕ ਕਰਕੇ ਆਪਣਾ ਰੋਲ ਨੰਬਰ ਲੈ ਸਕਦੇ ਹਨ ਇਸ ਤੋਂ ਇਲਾਵਾ ਵਿਦਿਆਰਥੀ ਆਪਣਾ ਰੋਲ ਨੰਬਰ ਇਸ ਲਿੰਕ ਤੇ ਕਲਿੱਕ ਕਰਨ ਤੋਂ ਬਾਅਦ ਜੋ ਪੇਜ ਖੁੱਲੇਗਾ ਉਸ ਦੀ ਉੱਪਰਲੀ ਪੱਟੀ ਤੇ ਕਟਾਲਿਸਟ ਬਟਨ ਨੂੰ ਕਲਿੱਕ ਕਰਕੇ ਸਬੰਧਿਤ PDF ਫਾਈਲ ਵਿੱਚ ਸਰਚ ਆਪਸ਼ਨ ਦੀ ਆਪਣਾ ਰਜਿਸਟ੍ਰੇਸ਼ਨ ਨੰਬਰ ਭਰ ਕੇ ਰੋਲ ਨੰਬਰ ਚੈੱਕ ਕਰ ਸਕਦੇ ਹਨ ਠੀਕ ਹੈ ਪ੍ਰਿਖਿਆ ਵਾਲੇ ਦਿਨ ਵਾਲੇ ਦਿਨ ਡੇਟ ਸ਼ੀਟ ਅਨੁਸਾਰ ਵਿਦਿਆਰਥੀ ਜਿਹੜਾ ਇਹ ਦਿੱਤਾ ਹੋਇਆ ਇਹਨਾਂ ਨੇ ਲਿੰਕ ਨੂੰ ਕਲਿੱਕ ਕਰਕੇ ਪ੍ਰਸ਼ਨ ਉੱਤਰ ਡਾਊਨਲੋਡ ਕਰਨਗੇ ਇਸ ਤੋਂ ਇਲਾਵਾ ਵਿਦਿਆਰਥੀ ਨੂੰ ਕਲਿੱਕ ਕਰਕੇ ਅਦਰਸ ਨੂੰ ਕਲਿੱਕ ਕਰਕੇ ਡਾਊਨਲੋਡ ਕਰ ਸਕਦੇ ਹਨ ਠੀਕ ਹੈ ਇਹ ਸਾਰਾ ਤੁਸੀਂ ਦੇਖ ਸਕਦੇ ਹੋ ਕੀ-ਕੀ ਹਦਾਇਤਾਂ ਨੇ ਵਿਦਿਆਰਥੀਆਂ ਨੂੰ ਮਦਦ ਕੀਤੀ ਜਾਂਦੀ ਹੈ ਕਿ ਪੇਪਰ ਡਾਊਨਲੋਡ ਕਰਨ ਸਮੇਂ ਪੇਪਰ ਕੋਡ ਜੋ ਕਿ ਡੇਟਸ਼ੀਟ ਉੱਪਰ ਦਰਸਾਇਆ ਗਿਆ ਹੈ ਅਨੁਸਾਰ ਪੇਪਰ ਡਾਊਨਲੋਡ ਕਰਨ ਜੇਕਰ ਵਿਦਿਆਰਥੀ ਸਲਾਨਾ ਪ੍ਰਣਾਲੀ ਅਧੀਨ ਪ੍ਰੀਖਿਆ ਦੇ ਰਿਹਾ ਹੈ ਤਾਂ ਉਸ ਸਲਾਨਾ ਪ੍ਰਣਾਲੀ ਵਾਲੀ ਡੇਟਸ਼ੀਟ ਦੇਖੇਗਾ ਤੇ ਜੇਕਰ ਉਹ ਸੈਮੈਸਟਰ ਪ੍ਰਣਾਲੀ ਅਧੀਨ ਪ੍ਰੀਖਿਆ ਦੇ ਰਿਹਾ ਹੈ ਤਾਂ ਸਬੰਧਤ ਡੇਟਸ਼ੀਟ ਸੈਮੈਸਟਰ ਪ੍ਰਣਾਲੀ ਵਾਲੀ ਦੇਖੇਗਾ ਨੇੜੇ ਸ਼ੀਟਾਂ ਵਿੱਚ ਇੱਕੋ ਨਾਮ ਵਾਲੇ ਪੇਪਰ ਹੋ ਸਕਦੇ ਹਨ ਪਰ ਉਹਨਾਂ ਦਾ ਕੋਡ ਵੱਖ-ਵੱਖ ਹੋਵੇਗਾ ਇਸ ਲਈ ਵਿਦਿਆਰਥੀ ਨੇ ਆਪਣੀ ਡੇਟ ਸ਼ੀਟ ਅਨੁਸਾਰ ਪੇਪਰ ਦੇ ਕੋਡ ਅਨਸਾਰ ਪੇਪਰ ਡਾਊਨਲੋਡ ਅਤੇ ਹੱਲ ਕਰਨਾ ਹੈ ਠੀਕ ਹੈ 2.5 ਘੰਟੇ ਦਾ ਸਮਾਂ ਹੋਵੇਗਾ ਤੇ ਅੱਧਾ ਘੰਟਾ ਹੋਰ ਦਿੱਤਾ ਜਾਵੇਗਾ ਇਸ ਅਨੁਸਾਰ ਪ੍ਰੀਖਿਆ ਦਾ ਸੈਸ਼ਨ ਕੁੱਲ 3 ਘੰਟੇ ਦਾ ਹੋਵੇਗਾ ਠੀਕ ਹੈ ਤੇ 40 ਮਿੰਟ ਵਾਧੂ ਹੋਣਗੇ ਜਿਹੜੇ ਡਿਸੇਬਲ ਸਟੂਡੈਂਟ ਹੋਣਗੇ ਉਹਨਾਂ ਲਈ ਠੀਕ ਹੈ ਉਸ ਤੋਂ ਬਾਅਦ ਹੈ A4 ਸ਼ੀਟਾਂ ਤੇ ਕਰਨਾ 16 ਸ਼ੀਟਾਂ ਵਰਤਣੀਆਂ ਨੇ ਪਹਿਲਾਂ ਵਾਂਗੂ ਹੀ ਤੇ ਐਂਡ ਤੇ ਲਿਖਣਾ ਇਹ ਪੇਪਰ ਮੇਰਾ ਖੁੱਦਾ ਹੱਥ ਲਿਖਤ ਹੈ ਠੀਕ ਹੈ ਉਸ ਤੋਂ ਬਾਅਦ ਹੈ 50% ਹੱਲ ਕਰਨਾ ਪੇਪਰ ਜੇਕਰ ਕੋਈ ਕੋਲ ਪ੍ਰਸ਼ਨ ਦਾ 1.0 0.5 ਆਉਂਦਾ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ ਜਾਵੇ ਉਦਾਹਰਨ ਦੇ ਤੌਰ ਤੇ ਜੇਕਰ ਪ੍ਰਸ਼ਨ ਵਿੱਚ ਕੁੱਲ 9 ਜਾਂ 7 ਪ੍ਰਸ਼ਨਾਂਨ ਤਾਂ 4 ਅਤੇ 3 ਪ੍ਰਸ਼ਨਾਂ ਦਾ ਵਿਅਕ ਉਮੀਦਵਾਰ ਕੋਲ ਦਿੱਤਾ ਜਾਵੇਗਾ ਠੀਕ ਹੈ ਪੇਪਰ ਹੱਲ ਕਰਨ ਤੋਂ ਬਾਅਦ ਉਮੀਦਵਾਰ ਉਸੇ ਦਿਨੀ ਜਿਹੜਾ ਸਪੀਡ ਪੋਸਟ ਰਾਹੀਂ ਸਾਇਕ ਰਜਿਸਟਰ ਸੀਕਰੇਸੀ ਬ੍ਰਾਂਚ ਤੇ ਜਿਹੜਾ ਸਾਰਾ ਐਡਰੈਸ ਤੁਸੀਂ ਦੇਖ ਸਕਦੇ ਹੋ ਇਸ ਐਡਰੈਸ ਤੇ ਭੇਜੇਗਾ ਬਾਅਦ ਵਿੱਚ ਕੋਈ ਮਿਲੰਕਣ ਨਹੀਂ ਹੋਵੇਗਾ ਠੀਕ ਹੈ ਗਾਈਡਲਾਈਨਸ ਨੂੰ ਤੁਸੀਂ ਸਮੇਂ-ਸਮੇਂ ਤੇ ਦੇਖਦੇ ਰਹਿਣਾ ਜੇ ਕੋਈ ਸਟੂਡੈਂਟ ਪ੍ਰੀਖਿਆ ਨਹੀਂ ਦੇ ਸਕਦਾ ਤਾਂ ਉਹ ਦੱਸ ਸਕਦਾ ਵਿਭਾਗ ਨੂੰ ਉਸਦੀ ਜਾਣਕਾਰੀ ਦੇ ਸਕਦਾ ਠੀਕ ਹੈ ਉੱਤਰ ਸ਼ੀਟ ਦੀ ਨਮੂਨਾ ਨਾਲ ਪਹਿਲਾਂ ਵੀ ਤੁਹਾਨੂੰ ਮੈਂ ਦਿਖਾਇਆ ਹੋਇਆ ਇਸ ਤਰੀਕੇ ਨਾਲ ਲਿਖਣਾ ਹੈ ਸਾਰੇ ਸਟੂਡੈਂਟਸ ਨੇ ਆਈ ਹੋਪ ਵੀਡੀਓ ਹੈਲਪਫੁਲ ਲੱਗੀ ਹੋਵੇਗੀ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਦਿਓ ਥੈਂਕ ਯੂ